ਜਿਹੜੇ ਲੋਕ ਇਹ ਕਹਿ ਰਹੇ ਆ ਵੀ ਇੱਕ ਸਾਲ ਚ ਪੰਜਾਬ ਸਰਕਾਰ ਨੇ ਬਹੁਤ ਕਰਜ਼ਾ ਚੁੱਕ ਲਿਆ ਜੀ, ਫਲਾਨਾ ਕਰ ਲਿਆ ਜੀ, ਟਿਕਾਣਾ ਕਰ ਲਿਆ, ਇਹਨਾਂ ਲੋਕਾਂ ਦੀ ਬਦੌਲਤ ਹੀ 3 ਲੱਖ ਕਰੋੜ ਤੋਂ ਵੱਧ ਕਰਜ਼ਾ ਪੰਜਾਬ ਨੇ ਸਿਰ ਤੇ ਪੰਜਾਬ ਦੇ ਲੋਕਾਂ ਦੇ ਸਿਰ ਤੇ ਚੜਿਆ। ਲੇਕਿਨ ਮਾਨ ਸਾਹਿਬ ਦੀ ਸਰਕਾਰ ਨੇ ਪਿਛਲੇ ਇੱਕ ਸਾਲ ਚ ਜਿਹੜਾ ਕਿ 16 ਮਾਰਚ ਨੂੰ ਹੋਣ ਜਾ ਰਿਹਾ ਹੈ, ਉਹਦੇ ਵਿੱਚ ਜਿੱਥੇ ਪਿਛਲੀਆਂ ਸਰਕਾਰਾਂ ਵੱਲੋਂ ਲਏ ਗਏ ਕਰਜ਼ੇ ਉਹਦਾ 16,000 ਕਰੋੜ ਪ੍ਰਿੰਸੀਪਲ ਅਮਾਊਂਟ ਵਾਪਸ ਕੀਤਾ, ਪ੍ਰਿੰਸੀਪਲ ਅਮਾਊਂਟ, ਤੇ 20,000 ਕਰੋੜ ਰੁਪਈਆ ਉਹਦਾ ਜਿਹੜਾ ਇੰਟਰਸਟ ਉਹ ਰੀਪੇ ਕੀਤਾ ਹੈ। ਕਿਉਂਕਿ ਇਹਨਾਂ ਲੋਕਾਂ ਨੇ ਨਾ ਤੇ ਕਰਜ਼ਾ ਲੈਣ ਦੇ ਟਾਈਮ ਇਹ ਸੋਚਿਆ ਵੀ ਇਹਦਾ ਇੰਟਰਸਟ ਰੇਟ ਕਿੰਨਾ, ਕਿੱਥੇ ਜ਼ਰੂਰਤ ਹੈ, ਕਿੰਨੀ ਜ਼ਰੂਰਤ ਹੈ, ਕਿਸੇ ਤਰ੍ਹਾਂ ਦੀ ਕੋਈ ਸਟੱਡੀ ਨਹੀਂ। 36,000 ਕਰੋੜ ਰੁਪਈਆ ਇੱਕ ਸਾਲ ਚ ਪੰਜਾਬ ਸਰਕਾਰ ਨੇ ਪਿਛਲੀਆਂ ਸਰਕਾਰਾਂ ਵੱਲੋਂ, ਚਾਹੇ ਉਹ ਅਕਾਲੀ, ਭਾਜਪਾ ਜਾਂ ਕਾਂਗਰਸ ਦੀ ਸੀ, ਉਹਨਾਂ ਵੱਲੋਂ ਲੈ ਗਏ ਕਰਜ਼ੇ ਦਾ ਪ੍ਰਿੰਸੀਪਲ ਅਮਾਊਂਟ ਪਲੱਸ ਉਹਦਾ ਇੰਟਰਸਟ ਮੋੜਿਆ 36,000 ਕਰੋੜ ਰੁਪਈਆ। ਔਰ ਮੈਂ ਇਹ ਚੈਲੰਜ ਨਾ ਕਹਿਣਾ, ਜੇ 36,000 ਕਰੋੜ ਰੁਪਇਆ ਸਾਨੂੰ ਮੋੜਨਾ ਨਾ ਪੈਂਦਾ ਹੈ ਪਿਛਲੇ ਇੱਕ ਸਾਲ ਚ, ਕਿਉਂਕਿ ਇਹ ਮਜਬੂਰੀ ਹੈ ਸਾਡੀ, ਤੇ ਹੁਣ ਤੱਕ 1,000 ਰੁਪਇਆ ਹਰੇਕ ਸਾਡੇ ਬੀਬੀ ਦੇ ਖਾਤੇ ਚ, ਭੈਣ ਦੇ ਖਾਤੇ ਚ ਪਹੁੰਚ ਜਾਣਾ। ਦੇਖੋ, ਅੱਜ ਆਮ ਆਦਮੀ ਪਾਰਟੀ ਨੇ ਆਪਣੀ ਝੂਠ ਦੀ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਇੱਕ ਫੇਰ ਇੱਕ ਬਹੁਤ ਵੱਡੀ ਝੂਠੀ ਪ੍ਰੈਸ ਕਾਨਫਰੰਸ ਕੀਤੀ। ਇਹ ਕਹਿੰਦੇ ਜੀ, ਜਿਹੜਾ 1 ਸਾਲ ਦੇ ਵਿੱਚ ਅਸੀਂ 43,000 ਕਰੋੜ ਦਾ ਕਰਜ਼ਾ ਲਿਆ, ਉਹ ਪੁਰਾਣੀਆਂ ਸਰਕਾਰਾਂ ਦੇ ਕਰਜ਼ੇ ਲਾਉਣ ਦੇ ਲਈ ਲਿਆ। ਪਹਿਲਾਂ ਤਾਂ ਇਹੀ ਸਮਝਾ ਦੇਣ ਵੀ ਕਰਜ਼ਾ ਚੱਕ ਕੇ ਕਰਜ਼ਾ ਕਿਵੇਂ ਲਾਈਦਾ, ਇਹ ਤਾਂ ਇਹਨਾਂ ਦੇ ਇਕਨੋਮਿਸਟ ਦੱਸ ਸਕਦੇ। ਕਿਉਂਕਿ ਮੈਂ ਤਾਂ ਲੋਕਾਂ ਦਾ ਧਿਆਨ ਦਿਵਾਉਣਾ ਚਾਹੁੰਦਾ, ਜਦੋਂ ਅਰਵਿੰਦ ਕੇਜਰੀਵਾਲ ਚੋਣਾਂ ਤੋਂ ਪਹਿਲਾਂ ਪੰਜਾਬ ਆਉਂਦੇ ਸੀ ਕੀ ਕਹਿੰਦੇ ਹੁੰਦੇ ਸੀ ਕਿ ਜੀ 20,000 ਕਰੋੜ ਤਾਂ ਮੈਂ ਪਹਿਲੇ ਸਾਲ ਮਾਈਨਿੰਗ ਚੋਂ ਹੀ ਕਮਾ ਲੈਣਾ। ਕਮਾਇਆ ਕਿੰਨਾ 1 ਸਾਲ ਦੇ ਵਿੱਚ? ਸਿਰਫ 135 ਕਰੋੜ ਰੁਪਇਆ। 35,000 ਕਰੋੜ ਕਹਿੰਦੇ ਹੁੰਦੇ ਸੀ ਬਾਕੀ ਕਰਪਸ਼ਨ ਬੰਦ ਕਰਕੇ ਮੇਰੇ ਹੱਥ ਚ ਆ ਜਾਣਾ, ਜਾਣੇ ਕਿ 1 ਸਾਲ ਦੇ ਵਿੱਚ 55,000 ਕਰੋੜ ਤਾਂ ਮੇਰੇ ਹੱਥ ਦੇ ਵਿੱਚ ਹੈ। ਤੇ ਅੱਜ ਸਿੱਟਾ ਕੀ ਨਿਕਲਿਆ ਕਿ 43,000 ਕਰੋੜ ਦਾ ਕਰਜ਼ਾ ਇਹ ਲੋਕਾਂ ਨੇ ਪੰਜਾਬ ਦੇ ਸਿਰ ਤੇ ਚੜਾਤਾ, ਇੱਕ ਇੱਟ ਤੱਕ ਨਹੀਂ ਲਾਈ, ਸਿਰਫ ਤੇ ਸਿਰਫ ਝੂਠੀ ਇਸ਼ਤਿਹਾਰਬਾਜ਼ੀ ਜਿਹੜੀ ਹੋਰ ਸੂਬਿਆਂ ਦੇ ਵਿੱਚ ਵੀ ਕੀਤੀ ਅਰਵਿੰਦ ਕੇਜਰੀਵਾਲ ਦਾ ਝੂਠ ਪਰੋਸਣ ਦੇ ਲਈ। ਤੇ ਸਵਾਲ ਕਰਦੇ ਆ ਪਿਛਲੀਆਂ ਸਰਕਾਰਾਂ ਨੂੰ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ, ਮੈਂ ਤਾਂ ਇਹਨਾਂ ਦੇ ਬੁਲਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਅੱਜ ਤੱਕ ਜੋ ਪੰਜਾਬ ਦੇ ਵਿੱਚ ਹੋਇਆ, ਜੋ ਡਿਵੈਲਪਮੈਂਟ ਹੋਈ, ਉਹ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਹੋਈ। ਇਹ ਜਿਹੜੇ ਵੱਡੀਆਂ ਸੜਕਾਂ, ਵੱਡੇ ਹਾਈਵੇ ਬਣੇ, ਕਿਹਨੇ ਬਣਾਏ? ਸ਼੍ਰੋਮਣੀ ਅਕਾਲੀ ਦਲ ਨੇ। ਜਿਹੜੀਆਂ ਪ੍ਰਾਈਵੇਟ ਕੰਪਨੀਆਂ ਪੰਜਾਬ ਦੇ ਵਿੱਚ ਆਈਆਂ, ਨਾਈਪਰ, ਆਈਸ਼ਰ, ਨੈਰੋਲੈਕ, ਇਨਫੋਸਿਸ, ਕੌਣ ਲੈ ਕੇ ਆਇਆ? ਸ਼੍ਰੋਮਣੀ ਅਕਾਲੀ ਦਲ। ਥਰਮਲ ਲਾ ਕੇ ਚਾਰ ਕਿਹਨੇ ਬਿਜਲੀ ਸਰਪਲਸ ਸੂਬਾ ਬਣਾਇਆ ਪੰਜਾਬ ਨੂੰ? ਸ਼੍ਰੋਮਣੀ ਅਕਾਲੀ ਦਲ ਨੇ। ਬਠਿੰਡਾ ਰਿਫਾਇਨਰੀ ਸ਼੍ਰੋਮਣੀ ਅਕਾਲੀ ਦਲ ਦੀ, ਪੀਜੀਆਈ ਏਮਸ ਵਰਗੇ ਹਸਪਤਾਲ ਸ਼੍ਰੋਮਣੀ ਅਕਾਲੀ ਦਲ ਲੈ ਕੇ ਆਇਆ। ਤੁਸੀਂ ਦੱਸੋ ਤਾਂ ਸਹੀ ਕਿ ਤੁਸੀਂ 1 ਸਾਲ ਚ 43,000 ਕਰੋੜ ਚੜਾਤਾ, ਤੁਸੀਂ ਲਾਇਆ ਪੈਸਾ ਕਿੱਥੇ? ਸ਼੍ਰੋਮਣੀ ਅਕਾਲੀ ਦਲ ਨੇ ਤਾਂ ਹਰ ਧਰਮਾਂ ਦੀਆਂ ਯਾਦਗਾਰਾਂ ਬਣਾਈਆਂ, ਚੱਪੜ ਚਿਰੀ, ਵਿਰਾਸਤ ਏ ਖਾਲਸਾ, ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ, ਸ਼੍ਰੋਮਣੀ ਅਕਾਲੀ ਦਲ ਦੇ ਕੰਮ ਬੋਲਦੇ ਨੇ ਤੇ ਤੁਹਾਡੀ ਸਿਰਫ ਜ਼ੁਬਾਨ, ਪਰ ਅੱਜ ਪੰਜਾਬੀ ਕੰਮ ਪਾਲਦੇ ਨੇ। ਕਿੱਥੇ ਗਿਆ ਜਿਹੜਾ 1,000 ਰੁਪਇਆ ਤੁਸੀਂ ਮਹਿਲਾਵਾਂ ਨੂੰ ਦੇਣ ਦਾ ਵਾਅਦਾ ਕੀਤਾ ਸੀ? ਅੱਜ ਆਟਾ ਦਾਲ ਦੇ ਤਹਿਤ ਜਿਹੜੀ ਸਕੀਮ ਚੱਲਦੀ ਸੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤੀ, ਦੇਸ਼ ਨੇ ਉਹਨੂੰ ਕਾਪੀ ਕੀਤਾ, ਉਹ ਤੁਸੀਂ ਤਾਂ ਉਹ ਰਾਸ਼ਨ ਤੱਕ ਨਹੀਂ ਗਰੀਬਾਂ ਨੂੰ ਦੇ ਪਾ ਰਹੇ, ਇਹਦੇ ਬਾਰੇ ਤੁਸੀਂ ਕੀ ਕਹਿਣਾ? ਸੋ ਜਿਹੜੀਆਂ ਆਪਾਂ ਗੱਲਾਂ ਕਰਦੇ ਹਾਂ ਨਾ ਬਹੁਤ ਵੱਡੀਆਂ ਵੱਡੀਆਂ, ਇਹ ਲੋਕਾਂ ਨੂੰ ਹੁਣ ਕੰਮ ਚਾਹੀਦੇ ਨੇ। ਗੱਲਾਂ ਸਰਕਾਰ ਤੋਂ ਪਹਿਲਾਂ ਤੁਹਾਡੀਆਂ ਸੁਣਦੇ ਸੀ, ਸਰਕਾਰ ਦੇ ਵਿੱਚ ਤੁਹਾਡੇ ਕੰਮਾਂ ਨੂੰ ਦੇਖਣਾ ਲੋਕਾਂ ਨੇ।
ਸੋ ਕਿਰਪਾ ਕਰਕੇ ਆਪਣੀ ਝੂਠ ਦੀ ਦੁਕਾਨ ਬੰਦ ਕਰੋ। ਲਾਅ ਐਂਡ ਆਰਡਰ ਦੀ ਅੱਜ ਪੰਜਾਬ ਦੇ ਵਿੱਚ ਕੀ ਸਥਿਤੀ ਹੈ? ਮਾਵਾਂ ਦੇ ਪੁੱਤ ਤੁਹਾਡੀ ਸਰਕਾਰ ਚ ਤੁਹਾਡੇ ਸ਼ਡਿਅੰਤਰਾਂ ਕਰਕੇ ਮਰ ਰਹੇ ਨੇ, ਔਰ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੇ ਤਾਂ ਤੁਹਾਡੇ ਤੇ ਬਹੁਤ ਗੰਭੀਰ ਇਲਜ਼ਾਮ ਲਾਏ ਨੇ, ਪਹਿਲਾਂ ਉਹਨਾਂ ਦਾ ਜਵਾਬ ਦਿਓ। ਸੋ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਝੂਠਿਆਂ ਦੀ ਝੂਠ ਦਾ ਪਲੰਦਾ, ਕਿਉਂਕਿ ਲੋਕਾਂ ਨੇ 1,93,000 ਕਰੋੜ ਦਾ ਬਜਟ ਪੇਸ਼ ਕੀਤਾ ਹੈ, ਜਿਸ ਚੋਂ ਸਿਰਫ 93,000 ਕਰੋੜ ਦੇ ਰਿਸੋਰਸਿਸ ਦੱਸੇ ਨੇ। 1,00,000 ਦੇ ਤਾਂ ਰਿਸੋਰਸ ਹੀ ਨਹੀਂ ਦੱਸੇ, 1,00,000 ਕਰੋੜ ਦੇ ਕੇ ਕਿੱਥੋਂ ਆਉਣਾ ਹੈ? ਤੁਹਾਡੇ ਪੇਪਰ ਲੀਕ ਹੋ ਰਹੇ ਨੇ, ਤੁਸੀਂ ਨੌਜਵਾਨਾਂ ਨਾਲ ਧੋਖਾ ਕਰ ਰਹੇ ਹੋ, ਪੰਜਾਬੀ ਯੂਨੀਵਰਸਿਟੀ ਦੇ ਵਿੱਚ ਮੁੱਖ ਮੰਤਰੀ ਤੁਹਾਡੇ ਵਾਅਦਾ ਕਰਕੇ ਮੁੱਕਰ ਗਏ।